ਸਤਿ ਸ਼੍ਰੀ ਅਕਾਲ, ਮੈਂ ਹਰਪ੍ਰੀਤ ਕੌਰ ਅਤੇ ਅਜੀਤ ਵੈਬ ਟੀ ਵੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਕਹਿੰਦੇ ਨੇ ਇੱਕ ਪਿਤਾ ਬੇਟੀ ਦਾ ਪਹਿਲਾ ਆਦਰਸ਼ ਅਤੇ ਬੇਟੇ ਦਾ ਪਹਿਲਾ ਹੀਰੋ ਹੁੰਦਾ ਏ। ਪਿਤਾ ਜੋ ਆਪਣੇ ਬੱਚਿਆਂ ਦੇ ਲੜਖੜਾਉਂਦੇ ਕਦਮਾਂ ਨੂੰ ਸੰਭਾਲਦਾ ਏ ਅਤੇ ਖੁਦ ਤਕਲੀਫ ਚੱਲ ਕੇ ਔਲਾਦ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਣ ਦਾ ਯਤਨ ਕਰਦਾ ਏ। ਜੇਕਰ ਤੁਸੀਂ ਗਲਤ ਹੁੰਦੇ ਹੋ ਤਾਂ ਸਹੀ ਰਸਤਾ ਦਿਖਾਉਂਦਾ ਏ, ਕਦੇ ਤੁਹਾਡੇ ਕੰਨ ਖਿੱਚ ਕੇ ਅਤੇ ਕਦੇ ਦੋਸਤ ਬਣ ਕੇ। ਉਹ ਸਾਰੀ ਉਮਰ ਪਰਿਵਾਰ ਦੀਆਂ ਖੁਸ਼ੀਆਂ ਦੇ ਲਈ ਸਖ਼ਤ ਮਿਹਨਤ ਕਰਦਾ ਏ, ਬਿਨਾਂ ਕਿਸੇ ਸ਼ਿਕਵੇ, ਬਿਨਾਂ ਕਿਸੇ ਤਣਾਅ ਤੋਂ। ਪਿਤਾ ਦਿਹਾੜਾ ਜੋ ਹਰ ਸਾਲ ਜੂਨ ਦੇ ਤੀਜੇ ਹਫ਼ਤੇ ਵਿੱਚ ਮਨਾਇਆ ਜਾਂਦਾ ਏ, ਇਸ ਵਾਰ 18 ਜੂਨ ਨੂੰ ਮਨਾਇਆ ਜਾ ਰਿਹਾ ਏ। ਅਜੀਤ ਵੈਬ ਟੀ ਵੀ ਦੀ ਟੀਮ ਨੇ ਇਸ ਪਿਤਾ ਦਿਹਾੜੇ 'ਤੇ ਜਲੰਧਰ ਅਤੇ ਲੁਧਿਆਣਾ ਦੇ ਕੁਝ ਬਿਰਧ ਆਸ਼ਰਮਾਂ ਦਾ ਦੌਰਾ ਕੀਤਾ ਅਤੇ ਜਾਣਿਆ ਉੱਥੇ ਰਹਿ ਰਹੇ ਬਜ਼ੁਰਗਾਂ ਦਾ ਹਾਲ। ਮਾਤ ਪਿਤਾ ਦੀ ਸੇਵਾ ਕਰ ਲੋ, ਮਾਤ ਪਿਤਾ ਦੀ ਸੇਵਾ। ਕਿ ਮੇਰੇ ਪਾਸ ਕੋਈ ਕੰਮ ਤੋਂ ਐਸਾ ਹੈ ਨਹੀਂ, ਕਹਾਂ ਜਾਊਂਗਾ, ਯਹਾਂ ਸੇ ਸਿੱਧੇ ਸ਼ਮਸ਼ਾਨ ਘਾਟ ਮਰਨਾ ਹੀ ਹੈ। ਮਰਨਾ ਸੱਚ ਹੈ, ਜ਼ਿੰਦਗੀ ਝੂਠ ਹੈ। ਇਨਸਾਨ ਕਦੇ ਵੀ ਆਪਣੇ ਮਾਤਾ ਪਿਤਾ ਦਾ ਕਰਜ਼ ਨਹੀਂ ਅਦਾ ਕਰ ਸਕਦਾ। ਪਿਤਾ ਦੀ ਉਂਗਲੀ ਫੜ ਕੇ ਚੱਲਣਾ ਸਿੱਖਦਾ ਏ ਅਤੇ ਉਹਨਾਂ ਵੱਲੋਂ ਦਿਖਾਏ ਨਕਸ਼ੇ ਕਦਮ 'ਤੇ ਚੱਲਦਾ ਹੋਇਆ ਜੀਵਨ ਵਿੱਚ ਅੱਗੇ ਵੱਧਦਾ ਏ। ਸ਼ਾਇਦ ਇਸੇ ਲਈ ਮਾਤਾ ਪਿਤਾ ਦੇ ਅਹਿਸਾਨਾਂ ਦਾ ਸ਼ੁਕਰੀਆ ਅਦਾ ਕਰਨ ਲਈ ਮਾਂ ਦਿਵਸ ਅਤੇ ਪਿਤਾ ਦਿਵਸ ਮਨਾਇਆ ਜਾਂਦਾ ਏ। ਜਲੰਧਰ ਸਥਿਤ ਅਪਾਸ ਆਸ਼ਰਮ ਉਹਨਾਂ ਬੇਆਸਰਿਆਂ ਨੂੰ ਸਹਾਰਾ ਦਿੰਦਾ ਏ ਜਿਨ੍ਹਾਂ ਦਾ ਆਪਣਾ ਕੋਈ ਸਹਾਰਾ ਨਹੀਂ। ਇੱਥੇ ਰਹਿ ਰਹੇ ਬਜ਼ੁਰਗ ਮਾਪਿਆਂ ਨਾਲ ਗੱਲਬਾਤ ਕਰਨ 'ਤੇ ਉਹਨਾਂ ਦੱਸਿਆ ਕਿ ਉਹ ਆਪਣੇ ਬੱਚਿਆਂ ਤੋਂ ਤੰਗ ਆ ਕੇ ਆਸ਼ਰਮ ਵਿੱਚ ਰਹਿ ਰਹੇ ਹਨ। ਆਸ਼ਰਮਾਂ ਵਿੱਚ ਉਂਝ ਤਾਂ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਹਨ, ਪਰ ਆਪਣੇ ਘਰ ਅਤੇ ਬੱਚਿਆਂ ਦੀ ਯਾਦ ਉਹਨਾਂ ਨੂੰ ਜਿਉਣ ਨਹੀਂ ਦਿੰਦੀ। ਤੁਸੀਂ ਇਹਨਾਂ ਹਾਲਾਤਾਂ ਵਿੱਚ, ਤੁਸੀਂ ਅੱਜ ਇਸ ਆਸ਼ਰਮ ਵਿੱਚ ਤੁਸੀਂ ਕਿਵੇਂ ਪਹੁੰਚੇ? ਇਹਦੀ ਪੁੱਤਰਾਂ ਦੀ ਕਿਰਪਾ ਨਾਲ, ਚੰਗੀ ਲਾਦ ਹੋਏ ਅਤੇ ਫਿਰ ਇਸੇ ਕੰਮ 'ਤੇ ਆਉਣਾ ਆਸ਼ਰਮ ਜੀ। ਮੈਂ ਨਾ ਪੁੱਤਰ ਨਾ ਹੀ ਹਾਂ, ਧੀਆਂ ਪਰਾ 50 ਗੁਣੇ ਚੰਗੀਆਂ ਹੁੰਦੀਆਂ। ਇਹੋ ਜਿਹਾ ਕੀ ਹੋ ਗਿਆ ਕਿ ਤੁਹਾਨੂੰ ਬੱਚੇ ਤੁਹਾਡੇ ਇੱਥੇ ਛੱਡ ਕੇ ਗਏ? ਹੋਣਾ ਕੀ ਹੈ, ਸ਼ਾਦੀ ਚੰਗੇ ਖਾਣ ਕਰਵਾ ਲਈ, ਬਰਬਾਦ ਹੋ ਗਏ, ਬਹਿ ਗਏ ਆਪ ਵੀ ਦੱਸ, ਅਸੀਂ ਵੀ। ਗੱਡੀ ਲੈ ਕੇ ਦਿੱਤੀ, ਕਹਿੰਦਾ ਮੈਂ ਇੱਥੋਂ ਕੰਮ ਨਹੀਂ, ਮੈਨੂੰ ਗੱਡੀ ਲੈ ਕੇ ਦਿਓ। ਗੱਡੀ ਲੈ ਕੇ ਦਿੱਤੀ 10 ਲੱਖ ਦੀ, 2 ਮਹੀਨੇ ਚਲਾਈ ਗੱਡੀ, ਵਿਆਹ ਕਰਾ ਲਿਆ, ਮੁੜ ਕੇ ਨਾ ਗੱਡੀ 'ਚ ਨਾ ਘਰ ਨਾ ਬਾਹਰ, ਆਪ ਬੈਠਾ ਲੋਕਾਂ ਨੇ ਨੌਕਰੀ ਕਰ ਰਿਹਾ। ਸਾਨੂੰ ਲੋੜ ਪੈ ਜਾਏ ਫੋਨ ਕਰ ਲਿਆ, ਫੋਨ ਬੰਦ ਕਰ ਲੈਂਦੇ ਹਾਂ। ਧੀਆਂ 2 ਹੁਣ ਉਹ ਚੰਗੀਆਂ, ਪੁੱਤਰ 1 ਵੀ ਨਾ ਹੋਵੇ ਮੈਂ ਤਰ੍ਹਾਂ। ਲੋਕ ਤਾਂ ਕਹਿੰਦੇ ਵੀ ਪੁੱਤਰ ਦਾ ਸਹਾਰਾ ਹੁੰਦਾ, ਬੜੇਪੇ ਦੀ ਲਾਠੀ ਹੁੰਦੀ ਹੈ, ਪਰ ਮੈਂ ਨਾ ਇਹੋ ਜਿਹੀ ਲਾਠੀ ਨਾ ਹੀ ਹੋਵੇ। ਕੱਲ੍ਹ ਨੂੰ ਇਹੀ ਹਾਲਾਤ ਉਹਨਾਂ ਦੇ ਵੀ ਹੋਣਗੇ, ਜੇ ਅਸੀਂ ਇੱਥੇ ਆਏ ਨਾ, ਉਹਨਾਂ ਦਾ ਵੀ ਬਦਲੇ ਲੈਣੇ ਉਹਨਾਂ ਨੇ। ਖੁਸ਼ੀ ਹੈ ਕਿ ਸਾਨੂੰ ਹਰ ਚੀਜ਼ ਮਿਲਦੀ ਹੈ ਔਰ ਸਾਡੀ ਸਹੂਲਤ ਬਹੁਤ ਹੁੰਦੀ ਹੈ, ਦੇਖਭਾਲ ਬਹੁਤ ਹੁੰਦੀ ਹੈ। ਬਾਕੀ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ, ਲੜਕਾ ਹੈ ਕਿ ਅਮਲੀ ਆ, ਇਹ ਫਰਨੀਚਰ ਦਾ ਕੰਮ ਕਰਦਾ, ਉਹਦੇ 5 ਬੱਚੇ ਆ, ਉਹ ਰੋਟੀ ਨਹੀਂ ਸੀ ਦੇ ਸਕਦਾ, ਜ਼ਿਆਦਾ ਕੰਮ ਖਰਾਬ ਸੀ। ਮੈਂ ਫਿਰ ਇੱਥੇ ਆ ਕੇ ਇਹਨਾਂ ਨੂੰ ਅਰਜ਼ ਕੀਤੀ ਕਿ ਮਹਾਰਾਜ ਮੇਰੇ ਇੱਦਾਂ ਕਰਕੇ ਹੈ ਨਹੀਂ ਕੋਈ ਵੀ ਸੰਭਾਲੂ, ਕਿ ਤੁਸੀਂ ਕੀ ਕਰੋਗੇ? ਇਹ ਕਹਿਣਾ ਕਿ ਤੁਸੀਂ ਆਸ਼ਰਮ 'ਚ ਆ ਜਾਓ, ਤੁਹਾਨੂੰ ਸਭ ਕੁਛ ਮਿਲੇਗਾ, ਤੁਹਾਨੂੰ ਸਹਾਇਤਾ ਵੀ ਮਿਲੇਗੀ ਔਰ ਤੁਹਾਨੂੰ ਖਰਚਾ ਵੀ ਮਿਲੇਗਾ, ਫਲ ਫਰੂਟ ਵੀ ਮਿਲੇਗਾ। ਫਿਰ ਮੈਂ ਇੱਥੇ ਆ ਗਿਆ, ਮੈਨੂੰ 4 ਸਾਲ ਹੋ ਗਏ ਹੁਣ ਇੱਥੇ ਆਏ ਨੂੰ, ਕਰਦੇ ਅਸੀਂ ਆਉਂਦੇ ਹਾਂ, ਮਿਲਦੇ ਜੁਲਦੇ ਆ, ਲੇਕਿਨ ਸਾਨੂੰ ਕੋਈ ਐਸੀ ਗੱਲ ਨਹੀਂ ਹੈਗੀ ਕੋਈ ਵੀ, ਕਿ ਜਿਹੜਾ ਮੇਰੇ ਨਾਲ ਹਮਦਰਦੀ ਨਹੀਂ ਕਰਦੇ ਕੋਈ ਵੀ, ਪੈਸੇ ਤੇ ਮੇਰੀ ਹਮਦਰਦੀ ਨਹੀਂ ਕਰਦੇ ਕੋਈ ਵੀ। ਤੁਹਾਡੇ ਬੱਚੇ ਵੀ ਨੇ ਅਤੇ ਫਿਰ ਵੀ ਤੁਸੀਂ ਇੱਥੇ ਅਪਾਹਜ ਆਸ਼ਰਮ ਦੇ ਵਿੱਚ ਤੁਸੀਂ ਕਿੱਦਾਂ ਪਹੁੰਚੇ ਹੋ? ਇਹ ਰੀੜ ਦੀ ਹੱਡੀ ਟੁੱਟ ਗਈ ਸੀ ਜੀ ਮੇਰੀ ਜੀ, ਇਹ ਚੁੱਲ੍ਹਾ ਜਿਹੜਾ ਜੀ, ਫਿਰ ਹੁਣ ਕੰਮ ਕਾਰ ਕੋਈ ਕਰ ਨਹੀਂ ਸਕਦੇ ਜੀ, ਇਸ ਕਰਕੇ ਉਹ ਕਹਿੰਦੇ ਰੋਟੀ ਪਾਣੀ ਨਹੀਂ, ਅਸੀਂ ਨਹੀਂ ਖਿਲਾ ਸਕਦੇ ਰੋਟੀ ਪਾਣੀ। ਸੋ ਜੀ, ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਬੱਚੇ ਵਿਆਹੇ ਜਾਂਦੇ ਨੇ ਉਦੋਂ ਹੀ ਉਹ ਤੁਹਾਡਾ ਸਾਥ ਛੱਡਦੇ ਨੇ ਅਤੇ ਤੁਹਾਨੂੰ ਉਹ ਆਸ਼ਰਮ ਦੇ ਵਿੱਚ ਭੇਜ ਦਿੰਦੇ ਨੇ। ਬਹੁਤ ਵਾਰੀ ਜ਼ਿੰਦਗੀ ਵਿੱਚ ਅਜਿਹਾ ਵੀ ਹੁੰਦਾ ਏ ਕਿ ਤੁਹਾਡੀ ਆਪਣੇ ਜੀਵਨ ਸਾਥੀ ਤੁਹਾਡਾ ਸਾਥ ਛੱਡ ਦਿੰਦੇ ਨੇ ਅਤੇ ਤੁਹਾਨੂੰ ਅਪਾਹਜ ਆਸ਼ਰਮਾਂ, ਬਿਰਧ ਆਸ਼ਰਮਾਂ ਦੇ ਵਿੱਚ ਭੇਜ ਦਿੰਦੇ ਨੇ। ਇੱਕ ਬਹੁਤ ਵੱਡੀ ਟ੍ਰੈਜਡੀ ਹੈ ਸਾਡੀ, ਸਾਡੇ ਦੇਸ਼ ਦੀ, ਕਿ ਬੱਚੇ ਤਾਂ ਛੱਡੋ, ਸਾਡੇ ਜੀਵਨ ਸਾਥੀ ਵੀ ਸਾਡਾ ਸਾਥ ਨਹੀਂ ਦਿੰਦੇ।
ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਆਇਆ? ਮੈਨੂੰ ਮਹੀਨਾ ਹੋ ਗਿਆ ਜੀ। ਇੱਕ ਮਹੀਨਾ ਹੋਇਆ? ਹਾਂਜੀ। ਤੁਹਾਡੇ ਬੱਚੇ ਹੈਗੇ ਆ? ਬੱਚੇ ਹੈਗੇ ਜੀ, ਲੜਕੀਆਂ। ਤਿੰਨ ਲੜਕੀਆਂ? ਲੜਕੀਆਂ ਜੀ। ਜੀ, ਤੇ ਤੁਹਾਡੀਆਂ ਲੜਕੀਆਂ ਤੁਹਾਨੂੰ ਇੱਥੇ ਛੱਡ ਕੇ ਗਈਆਂ? ਹਾਂਜੀ। ਨਹੀਂ ਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਬੇਟੇ ਸਾਥ ਨਹੀਂ ਦਿੰਦੇ, ਬੇਟੇ ਛੱਡ ਜਾਂਦੇ ਨੇ, ਤੇ ਤੁਹਾਡੀਆਂ ਬੇਟੀਆਂ ਤੁਹਾਨੂੰ ਇੱਥੇ ਛੱਡ ਕੇ ਗਈਆਂ? ਛੱਡ ਗਈਆਂ ਜੀ। ਅੱਛਾ, ਅੱਲਾ ਜੀ ਜੀ, ਤੁਹਾਨੂੰ ਲੱਗਿਆ? ਪਤਾ ਲੱਗਾ ਵੀ ਸ਼ਾਇਦ ਲੈ ਜਾਣਾ। ਅੱਛਾ ਜੀ। ਪਰ ਮੈਂ ਤਾਂ ਐਕਚੁਅਲੀ ਮੇਰੇ ਲੱਤਾਂ ਕੰਮ ਨਹੀਂ ਕਰਦੀਆਂ ਜੀ। ਮੈਂ ਇਸ ਕਰਕੇ ਆਇਆ ਸੀ, ਮੈਂ ਸ਼ਾਇਦ ਇੱਥੇ ਡਾਕਟਰੀ ਇਲਾਜ ਮਿਲਦਾ ਹੋਵੇ ਜੀ, ਪਰ ਇੱਥੇ ਇਲਾਜ ਕੋਈ ਨਹੀਂ ਹੈ। ਤੁਸੀਂ ਇੱਥੇ ਆਪਣੀ ਮਰਜ਼ੀ ਦੇ ਨਾਲ ਆਏ ਸੀ ਪਹਿਲਾਂ? ਨਹੀਂ, ਮੈਂ ਨਹੀਂ ਆਇਆ ਜੀ, ਮੈਨੂੰ ਲਿਆਇਆ ਗਿਆ ਇੱਕ ਇੱਥੇ ਲਿਆਇਆ ਗਿਆ। ਤੁਹਾਡੀਆਂ ਬੇਟੀਆਂ ਤੁਹਾਨੂੰ ਇੱਥੇ ਛੱਡ ਗਈਆਂ? ਹਾਂ ਜੀ, ਛੱਡੀ ਜੀ। ਤੁਹਾਡੀਆਂ ਬੇਟੀਆਂ ਤੁਹਾਨੂੰ ਮਿਲਣ ਆਉਂਦੀਆਂ? ਨਹੀਂ, ਕੋਈ ਨਹੀਂ ਆਉਂਦਾ। ਤੁਹਾਨੂੰ ਉਹ ਫਾਈਨੈਂਸ਼ਲੀ ਹੈਲਪ ਕਰਦੀਆਂ, ਤੁਹਾਨੂੰ ਪੈਸੇ ਤੇ ਲਈ ਮਦਦ? ਮੈਂ ਆਪਾਂ ਖੁਦ ਪੈਨਸ਼ਨ ਲੈਂਦਾ ਜੀ। ਪੈਨਸ਼ਨ ਸਰਕਾਰੀ ਨੌਕਰੀ 'ਚ? ਹਾਂਜੀ, ਮੈਂ ਪਹਿਲੇ ਨੌਕਰੀ ਕਰਦਾ ਸੀ, ਮੈਂ ਏਅਰਫੋਰਸ ਸੀ। ਏਅਰਫੋਰਸ 'ਚ ਸੀ? ਹਾਂਜੀ। ਅੱਜ ਤੁਸੀਂ ਪਾਇਲਟ ਨਹੀਂ ਰਹੇ, ਤੁਹਾਡੇ ਕੋਲ ਪੈਸਾ ਤੁਸੀਂ ਨਹੀਂ ਰਿਹਾ, ਤਾਂ ਤੁਸੀਂ ਤੁਹਾਡੀਆਂ ਬੇਟੀਆਂ ਤੁਹਾਨੂੰ ਇੱਥੇ ਛੱਡ ਗਈਆਂ? ਪੈਸਾ ਵੀ ਹੈਗਾ, ਪੈਸਾ ਕੁੜੀਆਂ ਕੋਲ ਸਭ ਕੁਝ। ਪਰ ਫਿਰ ਤੁਹਾਨੂੰ ਇਹੋ ਜਿਹਾ ਕੀ ਕਾਰਨ ਲੱਗਦਾ ਪਿਆ ਕਿ ਤੁਹਾਨੂੰ ਬੇਟੀਆਂ ਇੱਥੇ ਛੱਡ ਗਈਆਂ? ਬਸ ਕੀ ਕਹਿ ਸਕਦੇ ਜੀ, ਕਿਸਮਤ ਮਾੜੀ ਹੈ ਜੀ, ਬਸ ਇਹੋ ਕਹਿ ਸਕਦੇ, ਕਿਸਮਤ ਮਾੜੀ ਹੈ। ਕੀ ਤੁਹਾਡੇ ਲੱਤਾਂ ਨਾ ਚੱਲਣ ਦੀ ਵਜ੍ਹਾ ਇਹ ਰਹੀ ਕਿ ਉਹ ਤੁਹਾਨੂੰ ਇੱਥੇ ਛੱਡ ਗਈਆਂ? ਹਾਂਜੀ, ਲੱਤਾਂ ਨਾ ਚੱਲਣ ਕਰਕੇ। ਜੇ ਅਸੀਂ ਕਹਿੰਦੇ ਹਾਂ ਕਿ ਬੇਟੇ ਸੇਵਾ ਨਹੀਂ ਕਰ ਸਕਦੇ, ਤਾਂ ਤੁਹਾਨੂੰ ਤੁਸੀਂ ਇਹ ਕਹੋਗੇ ਕਿ ਬੇਟੀਆਂ ਨੇ ਵੀ ਤੁਹਾਡਾ ਸਾਥ ਨਹੀਂ ਦਿੱਤਾ ਅਤੇ ਉਹ ਵੀ ਤੁਹਾਡੀ ਸੇਵਾ ਨਹੀਂ ਕਰ ਰਹੀਆਂ? ਨਹੀਂ ਜੀ, ਨਹੀਂ ਨਹੀਂ ਕਰ ਰਹੀਆਂ। ਨਹੀਂ ਜੀ, ਇਹ ਸਭ ਕਹਿੰਦੀਆਂ ਗੱਲਾਂ ਹੈਗੀਆਂ ਬੇਟੇ ਬੇਟੀ 'ਚ, ਇੱਥੋਂ ਤੱਕ ਮੇਰੇ ਫੋਨ ਤੱਕ ਵੀ ਖੋਲਿਆ ਜੀ, ਮੇਰੇ ਕੋਲ ਫੋਨ ਵੀ ਹੈਗਾ ਜੀ, ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦਾ, ਨੰਬਰ ਵੀ ਹੈ ਨਹੀਂ ਮੇਰੇ ਕੋਲ। ਸੋ ਇਹ ਜ਼ਰੂਰੀ ਨਹੀਂ ਕਿ ਬੇਟੇ ਹੀ ਤੁਹਾਡਾ ਸਾਥ ਛੱਡ ਜਾਣ ਤੁਹਾਡੀ ਅਗਲੀ ਉਮਰੇ ਜਾ ਕੇ, ਬੇਟੀਆਂ ਵੀ ਇਹ ਕੁਛ ਕਰ ਸਕਦੀਆਂ ਨੇ, ਬੇਟੀਆਂ ਵੀ ਤੁਹਾਡਾ ਸਾਥ ਛੱਡ ਸਕਦੀਆਂ ਨੇ। ਬਹੁਤ ਸਾਰੇ ਲੋਕਾਂ ਦਾ ਐਕਸਪੀਰੀਅੰਸ ਇੱਦਾਂ ਦਾ ਵੀ ਰਿਹਾ ਹੈ ਕਿ ਉਹਨਾਂ ਦੇ ਘਰ ਬੇਟਾ ਕੋਈ ਹੈ ਹੀ ਨਹੀਂ, ਉਹ ਬੜੇ ਖੁਸ਼ ਰਹੇ ਕਿ ਹਾਂ ਉਹਨਾਂ ਕੋਲ ਬੇਟੀਆਂ ਨੇ, ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਬੇਟੇ ਹੀ ਸਾਥ ਨਹੀਂ ਦਿੰਦੇ। ਪਰ ਅੱਜ ਅਸੀਂ ਜਿਨ੍ਹਾਂ ਨੂੰ ਮਿਲ ਰਹੇ ਹਾਂ ਉਹਨਾਂ ਦਾ ਦਰਦ ਸੁਣ ਰਹੇ ਹਾਂ ਕਿ ਉਹਨਾਂ ਦੀਆਂ ਬੇਟੀਆਂ ਨੇ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ, ਤਾਂ ਫਿਰ ਕੀ ਫਰਕ ਰਿਹਾ ਬੇਟੇ ਅਤੇ ਬੇਟੀ ਦੇ ਵਿੱਚ? ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਇਆ? ਮੈਂ 2006 'ਤੇ ਘਰੋਂ ਨਿਕਲਿਆ ਸੀ ਅਤੇ ਮੈਂ ਗੁਰਦੁਆਰੇ ਸੇਵਾ ਕਰਦਾ ਰਿਹਾ। 6 ਸਾਲ ਮੈਂ ਨਾਂਦੇੜ ਸਾਹਿਬ ਸੇਵਾ ਕੀਤੀ, ਉਹਦੇ ਬਾਅਦ ਮੈਂ ਚੰਡੀਗੜ੍ਹ ਸੇਵਾ ਕਰਦਾ ਰਿਹਾ ਗੁਰਦੁਆਰੇ। ਹੁਣ ਗੁਰਦੁਆਰੇ ਵੀ ਹਾਲੇ ਵੀ ਕਹਿੰਦੇ ਆ 60 ਸਾਲ ਦੀ ਉਮਰ 'ਤੇ ਅਸੀਂ ਰਿਟਾਇਰਡ ਕਰ ਜਾਂਦੇ ਹਾਂ। ਤਾਂ ਚੰਡੀਗੜ੍ਹ ਮੈਂ 2.5 ਸਾਲ ਇੱਕ ਆਸ਼ਰਮ 'ਤੇ ਸੀਗਾ, ਉੱਥੋਂ ਫਿਰ ਇੱਥੇ ਆਇਆ ਹਾਂ। ਹੁਣ ਚੂੰਕਿ ਕਾਫੀ ਚਿਰ ਹੋ ਚੁੱਕਾ ਹੈ ਘਰ ਛੱਡੇ, ਹੁਣ ਵਿੱਚ ਇੱਕ ਵਾਰੀ ਬਿਮਾਰ ਪਿਆ ਸੀ ਅਤੇ ਲੜਕੇ ਨੂੰ ਫੋਨ ਕੀਤਾ ਸੀ ਕਿ ਮੈਂ ਆਉਣਾ ਚਾਹੁੰਦਾ ਹਾਂ, ਉਹ ਨਾਕਾਰ ਰਿਹਾ। ਉਹਦੀਆਂ ਉੱਥੇ 2 ਮਾਸੀਆਂ ਆ, ਤਾਂ 2 ਮਾਸੀਆਂ 2 ਫੁੱਫੜ ਹੈ, ਉਹ ਲੋਕ ਚੁੱਕਿ ਉਹਨੂੰ ਉਹਦਾ ਦਿਮਾਗ ਵਾਸ ਕਰ ਚੁੱਕੇ ਆਲਰੇਡੀ ਮੇਰੇ ਪ੍ਰਤੀ, ਤਾਂ ਹੀ ਉਹ ਵੀ ਨਹੀਂ ਚਾਹੁੰਦਾ ਅਤੇ ਮੈਂ ਵੀ ਹੁਣ ਜਾ ਕੇ ਕਿਸੇ ਕਿਸਮ ਦੀ ਲਫੜਤ ਨਹੀਂ ਪੈਣਾ ਚਾਹੁੰਦਾ। ਮੈਂ ਚਾਹੁੰਦਾ ਜਿਹੜੀ ਬਚੀ ਖੁਚੀ ਹੈਗੀ ਆ ਉਹ ਔਖੇ ਸੌਖੇ ਹੋ ਕੇ ਗੁਜ਼ਰ ਜਾਵੇ, ਵਾਹਿਗੁਰੂ ਸਰੀਰ ਠੀਕ ਰੱਖੇ, ਤੰਦਰੁਸਤੀ ਬਖਸ਼ੇ। ਤੁਸੀਂ ਤੰਦਰੁਸਤ ਸੀ, ਸਾਰਾ ਕੁਛ ਸੀ, ਤੁਸੀਂ ਆਪਣਾ ਘਰ ਛੱਡਿਆ ਕਿਉਂ? ਵਾਈਫ ਗੁਜ਼ਰ ਗਈ, ਉਹਦੇ ਬਾਅਦ ਮੈਂ ਕਿਹਾ ਚਲੋ ਗੁਰਦੁਆਰੇ ਸੇਵਾ ਕਰਦੇ ਹਾਂ, ਬਾਹਰ ਹੀ ਰਹਿ ਕੇ ਥੋੜ੍ਹੀ ਸੇਵਾ ਕਰਨ ਦੀ ਇੱਛਾ ਹੋਈ ਸੀ, ਤਾਂ ਹੀ ਮੈਂ ਚਲਾ ਆਇਆ ਸੀ। ਮਤਲਬ ਤੁਹਾਡੇ ਬੱਚਿਆਂ ਨੇ ਤੁਹਾਨੂੰ ਜਾਣ ਲਈ ਨਹੀਂ ਕਿਹਾ ਸੀ, ਤੁਸੀਂ ਪਹਿਲਾਂ ਆਪਣੀ ਮਰਜ਼ੀ ਦੇ ਨਾਲ? ਨਹੀਂ, ਉਹਨਾਂ ਨੇ ਮੈਨੂੰ ਝੂਠ ਕਿਹਾ ਕਿ ਅਸੀਂ ਘਰ ਵੇਚ ਚੁੱਕੇ ਹਾਂ, ਮੰਮੀ ਦੀ ਬਿਮਾਰੀ ਉੱਤੇ ਦਵਾਈ ਪੈਸਾ ਸਾਰਾ ਖਰਚ ਹੋ ਚੁੱਕਾ ਆ। ਤਾਂ ਮੈਂ ਕਿਹਾ ਜੇ ਕਹਿੰਦੇ ਆ ਜਦੋਂ ਘਰ ਵੇਚ ਚੁੱਕੇ ਆ ਅਤੇ ਇਹਨਾਂ ਤੋਂ ਪੈਸੇ ਦੀ ਲੋੜ ਸੀ ਕਿ, ਤਾਂ ਘਰ ਵੀ ਕਹਿੰਦੇ ਵੇਚ ਚੁੱਕਾ ਆ, ਤਾਂ ਮੈਂ ਉੱਥੋਂ ਚਲਾ ਆਇਆ ਸੀ, ਲੇਕਿਨ ਬਾਅਦ ਵਿੱਚ ਇਹ ਗੱਲ ਝੂਠ ਨਿਕਲੀ। ਤੁਸੀਂ ਆਪਣੇ ਜਿੰਦੇ ਜੀ ਆਪਣਾ ਘਰ ਆਪਣੇ ਬੱਚਿਆਂ ਦੇ ਨਾਮ ਲਿਖਾ ਚੁੱਕੇ ਸੀ? ਨਹੀਂ, ਨਾਮ ਨਹੀਂ ਲਿਖਾ ਚੇ ਸੀ, ਵਾਈਫ ਮਰਨ ਦੇ ਬਾਅਦ ਉਹ ਹੁਣ ਮੇਰਾ ਹੀ ਹੈ। ਤਾਂ ਚੂੰਕਿ ਉਹ ਨਹੀਂ ਚਾਹੁੰਦਾ ਕਿ ਮੈਂ ਆਵਾਂ, ਤਾਂ ਮੈਂ ਵੀ ਨਹੀਂ ਚਾਹੁੰਦਾ ਕਿ ਮੈਂ ਜਾਵਾਂ। ਕੀ ਦਿਲਾਂ ਵਿੱਚ ਦੂਰੀਆਂ ਇੰਨੀਆਂ ਵੱਧ ਚੁੱਕੀਆਂ? ਮੈਂ ਕਈ ਵਾਰੀ ਉਹਨੂੰ ਫੋਨ ਕਰਕੇ ਬੜੀ ਕਿਸਮ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ,
ਤਾਂ ਮੈਂ ਦੱਸਿਆ ਤੁਹਾਨੂੰ ਕਿ ਚੂੰਕਿ ਉਹ ਆਪਣੀ ਮਾਸੀਆਂ ਦੀ ਗੱਲ ਵਿੱਚ ਆਇਆ ਹੋਇਆ, ਮਾਸੀਆਂ ਨਹੀਂ ਚਾਹੁੰਦੀਆਂ ਕਿ ਮੈਂ ਜਾਵਾਂ, ਤਾਂ ਕਿਉਂ ਨਹੀਂ ਚਾਹੁੰਦੇ ਕਿ ਤੁਸੀਂ ਵਾਪਸ ਆਓ? ਉਹ ਇਸ ਵਾਸਤੇ ਨਹੀਂ ਚਾਹੁੰਦੇ ਕਿ ਉਹ ਜੋ ਵੀ ਕਾਰੋਬਾਰ ਹੈ, ਜੋ ਵੀ ਜ਼ਮੀਨ ਹੈ, ਉਹ ਸਾਡੇ ਕਬਜ਼ੇ 'ਚ ਹੋ ਜਾਏ। ਤੁਹਾਡਾ ਬੱਚਾ ਜਿਹੜਾ, ਤੁਹਾਡਾ ਬੇਟਾ, ਉਹ ਅਨਮੈਰਿਡ ਹੈ, ਉਹ ਵਿਆਹਿਆ ਹੋਇਆ ਕਿ ਨਹੀਂ ਵਿਆਹਿਆ ਹੋਇਆ? ਨਹੀਂ, ਉਹ ਤਾਂ 2008 ਸਾਲ ਨੂੰ ਵਿਆਹ ਹੋਇਆ। ਉਹ ਵਿਆਹ ਚੁੱਕਾ? ਹਾਂ, ਉਹਦਾ ਇੱਕ ਬੱਚਾ ਆ ਜੀ, 4 ਸਾਲ ਦੀ ਉਮਰ ਦਾ ਉਹਦਾ ਇੱਕ ਬੱਚਾ ਆ। ਤੇ ਤੁਹਾਨੂੰ ਲੱਗਦਾ ਕਿ ਤੁਹਾਡੀ ਘਰ ਤੋਂ ਦੂਰੀ ਦਾ ਕਾਰਨ ਤੁਹਾਡੇ ਬਾਕੀ ਦੇ ਰਿਸ਼ਤੇਦਾਰ ਨੇ, ਜਦਕਿ ਤੁਹਾਡਾ ਆਪਣਾ ਬੱਚਾ ਨਹੀਂ? ਉਹਨੂੰ ਉਹਨਾਂ ਨੇ ਬਰਗਲਾ ਦਿੱਤਾ ਆ ਇਸ ਤਰ੍ਹਾਂ ਕਿ ਮੈਂ ਕਿੰਨੀ ਵਾਰੀ ਕਿਹਾ, ਮੈਂ ਕਿਹਾ ਮੈਂ ਉੱਥੇ ਆ ਜਾਣਾ, ਉੱਥੋਂ ਫਿਰ ਕੋਈ ਆਸ਼ਰਮ ਲੱਭ ਲਊਂਗਾ, ਲਾਗੇ ਲਾਗੇ ਰਹੂੰਗੇ। ਲੇਕਿਨ ਉਹ ਕਿਸੇ ਪ੍ਰਕਾਰ ਕਿਸੇ ਕੀਮਤ ਵਿੱਚ ਇਹ ਕਹਿਣ ਨੂੰ ਤਿਆਰ ਨਹੀਂ ਹੈ ਕਿ ਆ ਜਾਓ। ਹੁਣ 2 ਦਿਨ ਪਹਿਲਾਂ ਕਹਿੰਦਾ ਸੀ ਮੈਂ ਸੋਚ ਕੇ ਦੱਸਣਾ, ਹੁਣ ਉਹਨੇ ਮੇਰਾ ਫੋਨ ਹੀ ਉਹ ਕਰ ਦਿੱਤਾ ਹੈ, ਬਲੈਕਲਿਸਟਡ। ਮੈਂ ਫੋਨ ਕਰਦਾ ਹਾਂ ਅਤੇ ਉਹਦਾ ਨੰਬਰ ਹੀ ਨਹੀਂ ਲੱਗਦਾ। ਪਰ ਉਹ ਤੁਹਾਡਾ ਆਪਣਾ ਘਰ ਹੈ, ਤੁਸੀਂ ਉੱਥੇ ਵਾਪਸ ਜਾ ਸਕਦੇ ਹੋ? ਹਾਂ, ਉਹ ਮੇਰਾ ਆਪਣਾ ਘਰ ਆ, ਉੱਥੇ ਮੈਂ ਜਾ ਸਕਦਾ ਹਾਂ। ਲੇਕਿਨ ਉਹੀ ਆ, ਥਾਣਾ ਪੁਲਿਸ ਕੋਰਟ ਵਿੱਚ ਦੌੜ ਕੇ ਮੈਂ ਖੱਜਲ ਹੋ ਜਾਊਂਗਾ, ਕਿਉਂਕਿ ਥਾਣੇ ਦੀ ਸਹਾਇਤਾ ਤੋਂ ਬਿਨਾਂ ਤਾਂ ਇਹ ਕੰਮ ਹੋ ਨਹੀਂ ਸਕਦਾ। ਤੁਹਾਨੂੰ ਲੱਗਦਾ ਕਿ ਜੇ ਤੁਸੀਂ ਉੱਥੇ ਚਲੇ ਜਾਓਗੇ ਤਾਂ ਤੁਹਾਨੂੰ ਉਸ ਘਰ 'ਚ ਪੁੱਛਿਆ ਨਹੀਂ ਜਾਏਗਾ? ਪੁੱਛਿਆ ਨਹੀਂ ਜਾਏਗਾ, ਰੋਟੀ ਨਹੀਂ ਦੇਣਗੇ, ਜਾਂ ਉਹ ਸਾਂਡੂ ਵਗੈਰਾ ਇਕੱਠੇ ਹੋ ਜਾਣਗੇ, ਤਾਂ ਐਵੇਂ ਇੱਕ ਲੜਾਈ ਝਗੜੇ ਦੀ ਸ੍ਰਿਸ਼ਟੀ ਹੋਏਗੀ। ਤੁਹਾਨੂੰ ਤੁਹਾਡੇ ਹੀ ਘਰ 'ਚੋਂ ਉਹਨਾਂ ਨੇ ਬਾਹਰ ਕਰ ਦਿੱਤਾ? ਹਾਂਜੀ। ਅੱਜ ਬੇਸ਼ੱਕ ਬੱਚੇ ਮਾਂ ਪਿਓ ਦਾ ਸਾਥ ਛੱਡ ਚੁੱਕੇ ਨੇ, ਪਰ ਫਿਰ ਵੀ ਮਾਂ ਪਿਓ ਉਸੇ ਮੁਕਾਮ 'ਤੇ ਖੜ੍ਹੇ ਨੇ, ਉਹ ਫਿਰ ਵੀ ਕਹਿ ਰਹੇ ਨੇ ਕਿ ਸਾਡੇ ਬੱਚੇ ਮਾੜੇ ਨਹੀਂ। ਬੱਚੇ ਲੋਕ ਕਹਿੰਦੇ ਨੇ ਕਿ ਬੱਚੇ ਕੋ ਬੱਚੇ ਹੁੰਦੇ ਨੇ, ਮਾਪੇ ਕੋ ਮਾਪੇ ਨਹੀਂ ਹੁੰਦੇ। ਕਿਉਂ? ਕਿਉਂਕਿ ਆਪਣੇ ਬੱਚਿਆਂ ਦਾ ਸਾਥ, ਉਹ ਮੋਹ ਉਹਨਾਂ ਨੂੰ ਹਰ ਵੇਲੇ ਆਪਣੇ ਨਾਲ ਬੰਨੀ ਰੱਖਦਾ। ਅਤੇ ਅੱਜ ਵੀ ਹੁਣ ਜਿਨ੍ਹਾਂ ਨੂੰ ਅਸੀਂ ਪੁੱਛ ਰਹੇ ਹਾਂ, ਉਹ ਸਾਨੂੰ ਇਹ ਦੱਸ ਰਹੇ ਨੇ ਕਿ ਬੱਚੇ ਉਹਨਾਂ ਨੂੰ ਨਹੀਂ ਰੱਖ ਸਕਦੇ, ਕਿਉਂਕਿ ਉਹਨਾਂ ਦਾ ਹੱਥ, ਉਹਨਾਂ ਦੀ ਜੇਬ ਉਹਨਾਂ ਦਾ ਸਾਥ ਨਹੀਂ ਦਿੰਦੀ। ਉਹ ਫਿਰ ਵੀ ਇਹੀ ਕਹਿ ਰਹੇ ਨੇ ਕਿ ਉਹਨਾਂ ਦੇ ਬੱਚੇ ਚੰਗੇ ਨੇ, ਉਹ ਬੇਸ਼ੱਕ ਆਸ਼ਰਮ 'ਚ ਰਹਿ ਰਹੇ ਨੇ, ਪਰ ਉਹਨਾਂ ਦੇ ਬੱਚੇ ਮਾੜੇ ਨਹੀਂ। ਜ਼ਿੰਦਗੀ ਦੇ ਪੰਨਿਆਂ 'ਤੇ ਹਰ ਬਜ਼ੁਰਗ ਦੀ ਦਾਸਤਾਨ ਵੱਖਰੀ ਵੱਖਰੀ ਹੈ। ਬੇਸ਼ੱਕ ਉਹ ਜ਼ਿੰਦਗੀ ਦੇ ਵੱਖੋ ਵੱਖਰੇ ਪੜਾਵਾਂ ਵਿੱਚੋਂ ਲੰਘੇ, ਪਰ ਅੱਜ ਸਭ ਦੀ ਮੰਜ਼ਿਲ ਇੱਕੋ ਹੀ ਬਣ ਚੁੱਕੀ ਹੈ, ਬਿਰਧ ਆਸ਼ਰਮ ਜਾਂ ਫਿਰ ਅਪਾਹਜ ਆਸ਼ਰਮ। ਪੈਸਾ ਪੈਸਾ ਜੋੜ ਕੇ ਘਰ ਬਣਾਇਆ, ਉਹ ਆਪਣਾ ਨਾ ਰਿਹਾ। ਖੂਨ ਨਾਲ ਸੰਜੋਏ ਰਿਸ਼ਤੇ, ਪਰ ਉਹ ਸਾਥ ਛੱਡ ਗਏ। ਕੀ ਇਹੀ ਇਨਸਾਨੀਅਤ ਹੈ ਜਾਂ ਕੀ ਇਹੀ ਮਨੁੱਖਾ ਜੀਵਨ ਹੈ? ਕਹਿੰਦੇ ਨੇ ਬਿਖਰਨੇ ਦੋ ਹੋਠੋਂ ਪੇ ਹੱਸੀ ਕੇ ਫੁਹਾਰੋਂ ਕੋ, ਕਿਸੀ ਸੇ ਹੱਸ ਕਰ ਬਾਤ ਕਰ ਲੈਨੇ ਸੇ ਜਾਇਦਾਦ ਕਮ ਨਹੀਂ ਹੋਤੀ ਹੈ। ਇਨਸਾਨ ਤੋ ਹਰ ਜਗ੍ਹਾ ਜਨਮ ਲੇਤੇ ਹੈ, ਪਰ ਇਨਸਾਨੀਅਤ ਕਹੀਂ ਕਹੀਂ ਜਨਮ ਲੇਤੀ ਹੈ। ਜਿਨ੍ਹਾਂ ਮਾਪਿਆਂ ਨੇ ਆਪਣੀ ਔਲਾਦ ਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ, ਆਖਰੀ ਸਮੇਂ ਉਹੀ ਬੱਚੇ ਮਾਪਿਆਂ ਦੀ ਸੋਟੀ ਦਾ ਸਹਾਰਾ ਬਣਨ ਦੀ ਥਾਂ ਸੋੜੀ ਸੋਚ ਕਾਰਨ ਉਹਨਾਂ ਨੂੰ ਇਕੱਲਿਆਂ ਆਸ਼ਰਮਾਂ ਵਿੱਚ ਛੱਡ ਜਾਂਦੇ ਹਨ। ਲੁਧਿਆਣਾ ਵਿੱਚ ਵੱਖ ਵੱਖ ਬਿਰਧ ਆਸ਼ਰਮਾਂ ਵਿੱਚ ਬਜ਼ੁਰਗਾਂ ਨਾਲ ਵਾਰਤਾਲਾਪ ਕਰਨ 'ਤੇ ਇੱਕੋ ਗੱਲ ਸਮਝ ਪੈਂਦੀ ਹੈ ਕਿ ਉਮਰ ਕੱਟਣ ਲਈ ਤਾਂ ਕਿਤੇ ਵੀ ਰਿਹਾ ਜਾ ਸਕਦਾ ਹੈ, ਪਰ ਜ਼ਿੰਦਗੀ ਕੱਟਣ ਲਈ ਪਰਿਵਾਰ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਮੇਰੀ ਇੱਕ ਅੱਖ ਚਲੇ ਗਈ ਇਸ ਸਾਈਡ ਦੀ, ਉਹ ਕਹਿੰਦੇ ਅੱਖ ਕਢਾਉਣੀ ਪਊ, ਦੂਜੀ ਅੱਖ ਮੇਰੀ ਜ਼ੀਰੋ 'ਤੇ ਚੱਲ ਰਹੀ ਹੈਗੀ ਆ। ਅਤੇ ਉਹਨਾਂ ਨੇ ਕਹਿਤਾ ਸੀਗਾ, ਡਾਕਟਰ ਨੇ ਕਹਿਤਾ ਵੀ ਇਹਨੂੰ ਅੱਗ ਦੇ ਮੂਹਰੇ ਅੱਗੇ ਜ਼ਿਆਦਾ ਰੱਖਿਆ ਅਤੇ ਮਤਲਬ ਕਿਸੇ ਵੇਲੇ ਵੀ ਇਹ ਧੋਖਾ ਖਾ ਸਕਦਾ ਹੈਗਾ, ਵਾ ਤੁਹਾਡੇ 'ਤੇ ਮਤਲਬ ਖੂਨ ਪੈ ਜਾਏਗਾ ਵੀ ਇਹਨੂੰ ਇਸ ਕਰਕੇ ਇਹਨੂੰ ਕਿਤੇ ਟਿਕਾਣੇ ਇਹਨੂੰ ਲਾ ਦਿਓ। ਫਿਰ ਮੇਰੇ ਮਾਤਾ ਜੀ ਨੂੰ ਫੋਨ ਕੀਤਾ ਸੀਗਾ, ਫਿਰ ਉਹ ਫਿਰ ਮਤਲਬ ਪ੍ਰਧਾਨ ਜੀ ਨਾਲ ਗੱਲ ਹੋਈ ਅਤੇ ਫਿਰ ਮੈਨੂੰ ਇੱਥੇ ਲਿਆ ਕੇ ਰੱਖ, 7 ਸਾਲ ਹੋ ਗਏ ਇੱਥੇ ਰਹਿੰਦੇ ਆ। ਮੈਂ ਐਕਸੀਡੈਂਟ ਹੋ ਗਿਆ ਸੀਗਾ, ਲੱਤ ਖਰਾਬ ਹੋ ਗਈ, ਮੇਰੀ ਸਿਸਟਰ ਛੱਡ ਕੇ ਆਈ ਜੀ। ਮੈਂ ਆਸ਼ਰਮ ਇਸ ਲਈ ਆਇਆ ਹਾਂ ਕਿ ਮੇਰਾ ਇੱਕ ਹੀ ਝਟਕਾ ਸਭ ਗੁਜ਼ਰ ਗਿਆ, ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਥਾ। ਸੋ ਦੈਟ ਇਜ਼ ਦਾ ਮੇਨ ਰੀਜ਼ਨ। ਹਮੇਸ਼ਾ ਜੇ ਬੱਚੇ ਆਤੇ ਨਾ, ਮੈਂ ਫਾਦਰ ਔਰ ਮਦਰ ਕੇ ਬਾਰੇ ਮੈਂ ਹਮੇਸ਼ਾ ਬੋਲਤਾ ਹੂੰ, ਔਰ ਮੈਨੇ ਆਪਣਾ ਇੱਕ ਸੌਂਗ ਵੀ ਤਿਆਰ ਕੀਆ ਹੁਆ ਹੈ, ਸਭ ਬੱਚੋਂ ਕੋ ਗਾਤਾ ਹੂੰ ਔਰ ਡਿਸਟ੍ਰੀਬਿਊਟ ਵੀ ਕਰਤਾ ਹੂੰ ਪੇਪਰ, ਫਾਦਰ ਮਦਰ ਕੀ ਸੇਵਾ ਕੇ ਬਾਰੇ ਮੈਂ। ਮਾਤ ਪਿਤਾ ਦੀ ਸੇਵਾ ਕਰ ਲੋ, ਮਾਤ ਪਿਤਾ ਦੀ ਸੇਵਾ, ਮਾਤ ਪਿਤਾ ਦੀ ਸੇਵਾ ਕਰਕੇ ਲੰਬੀ ਉਮਰੇ ਪਾਓ। ਮਾਤ ਪਿਤਾ ਦੀ ਸੇਵਾ ਕਰਕੇ ਜ਼ਿੰਦਗੀ ਮੇ ਸੁਖ ਪਾਓ,
मात पिता दी सेवा कर लो, मात पिता दी सेवा। मैं अभी 1.5 साल से हूँ। लड़का मेरे को यहाँ पर कोई भी खर्चा जैसे होता है ना, जैसे मेरा खर्चा है 200 रुपया, कम से मोबाइल में मोबाइल का खर्चा लग जाता है महीने में 200 रुपया। कपड़ा धुलवाता हूँ, मेरे को लकवा हो गया यहाँ आने के बाद, 2.5 साल से हूँ मैं यहाँ, लकवा हो गया। अब लकवे का इलाज भी लड़के ने कराया था, और 200 रुपया ये लगता है, 200 रुपया कपड़ा धुलवाता हूँ उसका लगता है 400, 200 रुपया सेब दाढ़ी वगैरह बाल कटिंग का लगता है, और 100 रुपया पेपर का लगता है। 700 रुपया महीना लड़का मेरा देता है, वो खुद पहुंचा के भी जाता है, कभी कभी मैं उसके पास जाके ले आता हूं। यहां उम्र कट रही है। यहां आने के बाद हमको यही समझ में आ रहा है कि मेरे पास कोई काम तो ऐसा है नहीं, कहां जाऊंगा, यहां से सीधे शमशान घाट, मरना ही है, मरना सच है, जिंदगी झूठ है। मैं आर्मी सीगा बेटा, मैं तो बाहर सी, भरावान ने मकान मकून बेच लिया, हूँ ना तो औलाद रख दी ना भरा रख दे, उन्होंने किसी तीर्थ जाने की लोड़ नहीं है। जो माँ बाप घर ने तो उन्होंने सेवा करो, सारे तीर्थों के बच्चे ने। आश्रम इस करके आए असं भी इतने कोई ना कोई बंदा तो मिल जाता, मिलने जुलने वाला हों, कोई कंपनी भी सहायता करती है ਤਾਂ ਉਰੇ ਆਏ ਹਾਂ। ਉਹਨਾਂ ਨੂੰ ਨਸੀਹਤ ਇਹੀ ਹੈ ਵੀ ਦੇਖੋ ਵੀ ਸਾਰੇ ਪਰਿਵਾਰ ਅੱਛਾ ਪਰਿਵਾਰ ਸੀਗਾ, ਵੀ ਕੋਈ ਕਿਸੇ ਨਾਲ ਝਗੜਾ ਵਗੜਾ ਨਹੀਂ, ਕੋਈ ਗੱਲ ਨਹੀਂ ਬਾਤ ਨਹੀਂ, ਵੀ ਪ੍ਰੇਮ ਨਾਲ ਰਹਿਣਾ ਚਾਹੀਦਾ, ਕੋਈ ਡਿਫੀਕਲਟੀ ਹੈ ਤਾਂ ਮਾਂ ਬਾਪ ਨੂੰ ਦੱਸ ਦੇਣੀ ਚਾਹੀਦੀ ਹੈ, ਉਹਦਾ ਸੋਲਵ ਕੋਈ ਨਿਕਾਲਿਆ ਜਾ ਸਕਦਾ। ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਦਿਮਾਗ 'ਚ ਗੁੱਸਾ ਲੈ ਕੇ ਤੁਰੇ ਫਿਰੋ। 4 ਪੁੱਤ ਵਿਦੇਸ਼ ਹੋਣ ਦੇ ਬਾਵਜੂਦ ਬਿਰਧ ਆਸ਼ਰਮ ਦਾ ਸਹਾਰਾ ਲੈਣ ਲਈ ਬਾਪ ਮਜਬੂਰ। ਇਸੇ ਤਰ੍ਹਾਂ ਬੰਗਾ ਲਾਗੇ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਬਿਰਧ ਆਸ਼ਰਮ ਭਰੋ ਮਜਾਰਾ ਫਤੂਆਣਾ ਦਾ ਜਦੋਂ ਦੌਰਾ ਕੀਤਾ ਤਾਂ ਉੱਥੇ ਰਹਿੰਦੇ ਬਜ਼ੁਰਗਾਂ ਦੇ ਦੁੱਖੜੇ ਵੀ ਅੱਖਾਂ ਨਮ ਕਰਨ ਵਾਲੇ ਸਨ। ਕਿਸੇ ਨੇ ਕਿਹਾ ਕਿ ਬੱਚੇ ਮਾਰਦੇ ਕੁੱਟਦੇ ਬਹੁਤ ਸਨ, ਤੇ ਕਿਸੇ ਨੇ ਦੱਸਿਆ ਕਿ ਬੱਚੇ ਵਿਦੇਸ਼ ਜਾਣ ਲੱਗਿਆਂ ਉਹਨਾਂ ਨੂੰ ਬਿਰਧ ਆਸ਼ਰਮ ਛੱਡ ਗਏ। ਹਾਂਜੀ ਹਰੀ ਰਾਮ ਜੀ, ਤੁਸੀਂ ਇਸ ਆਸ਼ਰਮ ਦੇ ਵਿੱਚ ਕਿੰਨੇ ਚਿਰ ਤੋਂ ਰਹੇ ਹੋ ਤੇ ਕਿਵੇਂ ਆਏ? 1.5 ਸਾਲ ਹੋ ਗਿਆ ਜੀ ਮੈਨੂੰ ਆਏ ਨੂੰ, 1.5 ਸਾਲ ਹੋ ਗਿਆ। ਉਹ ਮੰਤ ਜਿਹੜੇ ਮੇਰੇ ਬੱਚੇ ਆ ਉਹ ਵਿਦੇਸ਼ ਗਏ ਆ, ਮੈਨੂੰ ਚੱਲਦੇ ਨਹੀਂ ਹੈਗੇ, ਤਾਂ ਮੈਨੂੰ ਇੱਥੇ ਬਹੁਤ ਸਹੂਲਤਾਂ ਮਿਲਦੀਆਂ, ਬਹੁਤ ਮੈਂ ਖੁਸ਼ ਹਾਂ। ਮੈਨੂੰ ਕੋਈ ਮੇਰਾ ਪਿੰਡ ਮੱਲੀ ਪੋਤਾ ਆ, ਫਿਰ ਉਹਦੇ ਵਿੱਚ ਮੈਂ ਇੱਕ ਮੇਰੀ ਲੜਕੀ ਆ, ਮੈਨੂੰ ਕੋਈ ਨਹੀਂ ਚੱਲਦਾ ਹੈਗਾ, ਮੈਨੂੰ ਕਹਿੰਦੇ ਵੀ ਤੂੰ ਇੱਥੇ ਰਹਿ ਜਿੱਥੇ ਮਰਜ਼ੀ ਰਹਿ। ਤੁਹਾਡੇ ਕਿੰਨੇ ਬੱਚੇ ਆ ਜੀ? ਸਾਡੇ 4 ਬੱਚੇ, ਇਹਨਾਂ ਦੇ ਜੀ 4 ਪੁੱਤਰ ਹਨ, ਇੱਕ ਲੜਕੀ ਆ, ਜਿਹੜੇ 4 ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ, ਪਰ ਇਹ ਵਿਚਾਰੇ ਇੱਥੇ ਬਿਰਧ ਆਸ਼ਰਮ ਦੇ ਵਿੱਚ ਰਹਿ ਰਹੇ ਹਨ। ਇਸੇ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਗੋਪਾਲ ਕ੍ਰਿਸ਼ਨ ਜੀ ਦੇ ਨਾਲ, ਜਿਹੜੇ ਪਿੰਡ ਭੌਰਾ ਤੋਂ ਇੱਥੇ ਰਹਿੰਦੇ ਹਨ। ਹਾਂਜੀ ਗੋਪਾਲ ਕ੍ਰਿਸ਼ਨ ਜੀ। ਹਾਂਜੀ ਹਾਂਜੀ। ਤੁਸੀਂ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਹੋ? ਸਰ ਜੀ ਮੈਂ 4-4.5 ਸਾਲ ਤੋਂ ਇੱਥੇ ਰਹਿ ਰਿਹਾ ਹਾਂ, ਕਿਉਂ ਮੇਰੇ ਬੇਟੀ ਬੇਟਾ ਦੋਵੇਂ ਬਾਹਰ ਨੇ, ਬੇਟਾ ਇਟਲੀ ਰਹਿ ਰਿਹਾ, ਬੇਟੀ ਸਪੇਨ ਰਹਿ ਰਹੀ ਆ, ਲੜਕਾ BA ਪੜ੍ਹਿਆ, ਬੇਟੀ ਮੇਰੀ MA ਪੜ੍ਹੀ ਆ। ਪਿੰਡ 'ਚ ਮੇਰਾ ਦੇਖਭਾਲ ਕਰਨ ਵਾਲਾ ਕੋਈ ਹੈ ਨਹੀਂ ਸੀ, ਅਤੇ ਬੇਟਾ ਮੇਰਾ ਜਾਂਦਾ ਮੈਨੂੰ ਇੱਥੇ ਛੱਡ ਗਿਆ, ਇੱਥੇ ਮੈਨੂੰ ਕੋਈ ਦੁੱਖ ਤਕਲੀਫ ਨਹੀਂ, ਐਨ ਮੈਂ ਮੌਜ ਦੇ ਵਿੱਚ ਰਹਿ ਰਹੇ ਹਾਂ, ਦਵਾ ਦਾਰੂ ਰਾਸ਼ਨ ਪਾਣੀ ਹਰ ਚੀਜ਼ ਅਵੇਲੇਬਲ ਮਿਲਦੀ, ਜਸੇ ਰਹੂੰ ਬੜਾ ਲਾਡ ਪਿਆਰ ਦੇ ਰਹੇ ਆ, ਮੈਨੂੰ ਕੋਈ ਪ੍ਰੋਬਲਮ ਨਹੀਂ। ਇੱਕ ਪਿਤਾ ਹੀ ਚਾਹੁੰਦਾ ਹੈ ਕਿ ਉਸਦੀ ਔਲਾਦ ਉਸ ਤੋਂ ਵੀ ਜ਼ਿਆਦਾ ਤਰੱਕੀ ਕਰੇ। ਅਜਿਹੇ ਵਿੱਚ ਔਲਾਦ ਦਾ ਵੀ ਫਰਜ਼ ਹੁੰਦਾ ਹੈ ਕਿ ਪਿਤਾ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਖਿਆਲ ਰੱਖੇ। ਪਰ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਆਸ਼ਰਮਾਂ ਵਿੱਚ ਰੁਲਦੇ ਮਾਪੇ, ਗਿਆਨ ਵਿਗਿਆਨ ਪ੍ਰਦਾਨ ਇਸ ਯੁੱਗ ਵਿੱਚ ਤਰੱਕੀ ਕਰ ਰਹੇ ਸਾਡੇ ਸਮਾਜ ਨੂੰ ਇਹੀ ਲਾਨਤ ਪਾ ਰਹੇ ਨੇ ਕਿ ਜੇਕਰ ਅਸੀਂ ਆਪਣੇ ਜਨਮ ਦੇਣ ਵਾਲਿਆਂ ਦਾ ਖਿਆਲ ਨਹੀਂ ਰੱਖ ਸਕਦੇ, ਉਹਨਾਂ ਨੂੰ ਸੰਭਾਲ ਨਹੀਂ ਸਕਦੇ, ਤਾਂ ਅਜਿਹੇ ਵਿਕਸਿਤ ਸਮਾਜ ਨੂੰ ਵਿਕਸਿਤ ਕਹਿਣਾ ਸ਼ਾਇਦ ਗਲਤ ਹੋਵੇਗਾ, ਜਿਸ ਵਿੱਚ ਮਾਨਵੀ ਸੋਚ ਦਾ ਹੀ ਵਿਕਾਸ ਨਾ ਹੋਇਆ ਹੋਵੇ। ਤਾਂ ਆਓ ਇਸ ਵਾਰ ਪਿਤਾ ਦਿਹਾੜੇ 'ਤੇ ਕੁਝ ਅਜਿਹਾ ਕਰੀਏ ਜਿਸ ਨਾਲ ਅਸੀਂ ਆਪਣੇ ਪਿਤਾ ਦੇ ਚਿਹਰੇ 'ਤੇ ਮੁਸਕਰਾਹਟ ਲਿਆ ਕੇ ਉਹਨਾਂ ਦੇ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕੀਏ। ਅਤੇ ਇਹ ਸੀ ਪਿਤਾ ਦਿਹਾੜੇ ਮੌਕੇ ਅਜੀਤ ਵੈੱਬ TV ਦੀ ਖਾਸ ਪੇਸ਼ਕਸ਼, ਅਤੇ ਮੈਨੂੰ ਹਰਪ੍ਰੀਤ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।